ਮਾਣਯੋਗ ਸ਼ਖਸੀਅਤ ਸਰਦਾਰ ਗੁਰਮੀਤ ਸਿੰਘ ਗਿੱਲ ਸਪੁੱਤਰ ਨਰਿੰਦਰ ਸਿੰਘ ਲਾਪਰਾ ਵਾਲੇ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਪ੍ਰਭੂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਸਰਦਾਰ ਗੁਰਮੀਤ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਪਿਤਾ ਨਰਿੰਦਰ ਸਿੰਘ ਗਿੱਲ, ਪਤਨੀ ਜਗਦੀਪ ਕੌਰ, ਪੁੱਤਰ ਕੁਲਵਿੰਦਰ ਸਿੰਘ, ਭਰਾ ਹਰਜੀਤ ਸਿੰਘ ਪੰਚ, ਗੁਰਦੀਪ ਸਿੰਘ ਦੀਪੀ, ਭਰਜਾਈ ਹਰਦੀਪ ਕੌਰ, ਰੁਪਿੰਦਰ ਕੌਰ ਭੈਣ, ਜੀਜਾ ਮਨਦੀਪ ਸਿੰਘ ਪੂਦਨ ਤੇ ਸਮੂਹ ਗਿੱਲ ਪਰਿਵਾਰ ਨੂੰ ਛੱਡ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸ੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਸਾਹਿਬ ਪਿੰਡ ਬੁਟਾਹਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਾਏ ਗਏ ਤੇ ਅੰਤਿਮ ਅਰਦਾਸ ਵੀ ਕਰਵਾਈ ਗਈ। ਇਸ ਮੌਕੇ ਤੇ ਰਾਗੀ ਸਿੰਘਾਂ ਵੱਲੋਂ ਵਿਰਾਗਮਈ ਕੀਰਤਨ ਵੀ ਕੀਤਾ ਗਿਆ। Mom.
ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਬਾਣੀ ਅੰਮ੍ਰਿਤ ਸੰਚਾਰ ਵੇਲੇ ਪੜ੍ਹੀ ਜਾਣ ਵਾਲੀ ਸਭ ਤੋਂ ਪਹਿਲੀ ਬਾਣੀ ਨਿਤਨੇਮ ਦੀ ਸਭ ਤੋਂ ਪਹਿਲੀ ਬਾਣੀ ਉਹਦੀ ਪਹਿਲੀ ਪੌੜੀ ਵਿੱਚ ਸਿੱਖ ਧਰਮ ਦਾ ਪਹਿਲਾ ਸਵਾਲ ਹੈ ਸੱਜੇ ਪਾਤਸ਼ਾਹ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਵਸ ਪਈ ਹੈ ਅਕਾਲ ਪੁਰਖ ਵਾਹਿਗੁਰੂ ਜੀਓ ਅਸੀਂ ਚਾਹੁੰਦੇ ਹਾਂ ਸਾਡੇ ਹਿਰਦੇ ਵਿੱਚ ਤੂੰ ਵਸ ਪਵੇ ਪਰ ਕਰੀਏ ਕੀ ਵਸਦਾ ਕੋਈ ਨਹੀਂ ਕਿਉਂ ਸਜਿਆਰਾ ਹੋਈ ਹੈ ਸੱਚ ਦੇ ਪ੍ਰਕਾਸ਼ ਮੋੜ ਯੋਗ ਕਿਵੇਂ ਹੋਇਆ ਜਾਏ ਕਿ ਅਸੀਂ ਚਾਹੁੰਦੇ ਹਾਂ ਰੱਬ ਤੇ ਸਾਡੇ ਵਿਚਕਾਰ ਦੀ ਕੰਧ ਟੁੱਟ ਜਾਏ ਕਿ ਅਸੀਂ ਚਾਹੁੰਦੇ ਹਾਂ ਵੀ ਸਾਡੇ ਹਿਰਦੇ ਵਿੱਚ ਰੱਬ ਦਾ ਪ੍ਰਕਾਸ਼ ਹੋ ਜਾਏ ਸਤਿਗੁਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਫਿਰ ਇੱਕ ਚੇਤੇ ਰੱਖਣਾ ਹਾਲਾਤ ਕੈਸੇ ਵੀ ਆ ਜਾਣ ਰੱਬ ਨੂੰ ਲਾਂਭਾ ਨਾ ਦੇ ਕੈਸੇ ਵੀ ਹਾਲਾਤ ਆ ਜਾਣ ਇਹ ਨਾ ਕਹਿਣਾ ਰੱਬ ਨੇ ਬੜਾ ਮਾੜਾ ਕੀਤਾ ਹੈ ਸਗੋਂ ਉਹਦੀ ਰਜ਼ਾ ਵਿੱਚ ਖੁਸ਼ ਰਹਿਣਾ ਉਹਦੇ ਭਾਂਡੇ ਵਿੱਚ ਰਹਿਣਾ ਮਜ਼ਦੂਰ ਕਹਿੰਦੇ ਨੇ ਕਿ ਸਚਿਆਰਾ ਹੋ ਗਿਆ ਹੈ ਕਿ ਉਹ ਕੂੜਾ ਸੁੱਟਾ ਜੇ ਰਜ਼ਾ ਵਿੱਚ ਨਾ ਚੱਲੋਗੇ ਹੁਕਮ ਵਿੱਚ ਨਾ ਚੱਲੋਗੇ ਫਿਰ ਰੱਬ ਨਾਲ ਮਿਲਾਪ ਕੋਈ ਨਹੀਂ ਹੋ ਕਿੰਨਾ ਚੰਗਾ ਹੋਵੇ ਅਸੀਂ ਕਲਯੁਗੀ ਜੀਵਾਂ ਮੰਨਣ ਦੇ ਸੁਭਾਅ ਹੋ ਜਾਂਦਾ ਹੈ ਪਰ ਕਿੰਨਾ ਚੰਗਾ ਹੋਵੇ ਅਸੀਂ ਮਾਲਕ ਨੂੰ ਕਹੀਏ ਸੱਚੇ ਪਾਤਸ਼ਾਹ ਲਗਭਗ 42 ਸਾਲ ਤੈਂ ਉਹਨਾਂ ਦਾ ਸਾਨ ਰਖਣ ਕੀਤਾ 42 ਸਾਲ ਜੇ ਤੂੰ ਉਹ ਵੀ ਨਾ ਦਿੰਦਾ ਅਸੀਂ ਕੀ ਕਰ ਲੈਂਦੇ ਕੁਛ ਕਰ ਸਕਦੇ ਬੜੇ ਐਸੇ ਨੇ ਮਾਵਾਂ ਤੇ ਪਿਤਾ ਰਲ ਕੇ ਕਈ ਥਾਵਾਂ ਤੇ ਜਾ ਕੇ ਮੱਥੇ ਰਗੜਦੇ ਨੇ ਕਹਿੰਦੇ ਨੇ ਸਾਡੀ ਝੋਲੀ ਖਾਲੀ ਹੈ ਕਿ ਭਰਦਾ ਇੱਥੇ ਨਹੀਂ ਭਰਦੀ ਪਰ ਜੇ ਅੱਜ 42 ਸਾਲ ਇੱਕ ਮਾਂ ਨੇ ਆਪਣੇ ਬੱਚੇ ਲਈ ਮਮਤਾ ਨੂੰ ਮਾਣੇ ਹੈ ਇੱਕ ਪਿਓ ਨੇ ਆਪਣੇ ਬੱਚੇ ਦੀ ਮਮਤਾ ਨੂੰ ਮਾਣੇ ਹੈ ਬੱਚਿਆਂ ਨੇ ਆਪਣੇ ਪਿਓ ਦੀ ਮਮਤਾ ਨੂੰ ਮਾਣੇ ਹੈ ਤੇ ਫਿਰ ਜੋ ਮਾਣੇ ਹੈ ਉਸਦਾ ਵਿਵਹਾਰ ਕਰਨਾ ਚਾਹੀਦਾ ਹੈ ਹਜ਼ੂਰ ਕਹਿੰਦੇ ਨੇ ਚੇਤੇ ਰੱਖਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਗੱਲ ਇਹ ਨਹੀਂ ਕਿ ਉਮਰ ਕਿੰਨੀ ਹੈ ਗੱਲ ਇਹ ਉਸ ਉਮਰ ਵਿੱਚ ਕੀਤਾ ਕੀ ਹੈ ਕਈ 100-100 ਸਾਲ ਦੇ ਬੰਦੇ ਨਸ਼ਾ ਕਰ ਕਰਕੇ ਚਲੇ ਜਾਂਦੇ ਨੇ ਉਹਨਾਂ ਦੀ 100 ਸਾਲ ਦੀ ਉਮਰ ਦਾ ਕੀ ਫਾਇਦਾ ਤੇ ਕਈ 6-6 ਸਾਲ 9-9 ਸਾਲ ਦੇ ਲਿਖੇ ਤੇ 6 ਸਾਲ ਤੇ 9 ਸਾਲ ਦੀ ਉਮਰ ਹੀ ਪੈਣੀ ਹੈ ਨਾ ਆਓ ਅਸੀਂ ਆਪਣੇ ਅੰਦਰ ਇੱਕ ਹਾਲਤ ਲਾਈਏ ਮੇਰਿਆ ਮਾਲਕਾ ਸਾਨੂੰ ਇੱਕ ਸੁਨੇਹਾ ਮਿਲਿਆ ਹੈ ਕਿ ਤੇਰੇ ਦਰ ਦੇ ਉੱਤੇ ਉਮਰ ਨੀਅਤ ਨਹੀਂ ਹੈ ਕਿਸੇ ਦੀ ਇੰਨੀ ਹੀ ਉਮਰ ਮਿਲਣੀ ਹੈ ਜੇ 100 ਸਾਲ ਹੈ ਤੇ ਸਾਰਿਆਂ ਦੀ 100 ਸਾਲ ਹੀ ਮਿਲਣੀ ਹੈ ਕਦੋਂ ਤੂੰ ਕਦੋਂ ਕਿਸ ਦੀ ਜ਼ਿੰਦਗੀ ਵਾਪਸ ਲੈ ਲਈ ਅਸੀਂ ਨਹੀਂ ਜਾਣਦੇ ਪਰ ਇਹ ਗੱਲ ਪੱਕੀ ਹੈ ਕਿ ਜਾਣਾ ਸਾਰਿਆਂ ਨੇ ਮਰਨ ਲਿਖਾਏ ਮੰਡਲ ਵਿੱਚ ਆਏ ਮਰਨਾ ਲਿਖਾ ਕੇ ਅਸੀਂ ਇਸ ਸੰਸਾਰ ਵਿੱਚ ਆਏ ਹਾਂ ਵੀ ਮੌਤ ਜ਼ਰੂਰੀ ਉਹ ਪਰ ਹੋਣੀ ਕਦੋਂ ਹੈ ਕਿਸੇ ਨੂੰ ਨਹੀਂ ਪਤਾ ਹੋਣੀ ਕਿਸ ਢੰਗ ਦੇ ਨਾਲ ਹੈ ਇਹ ਵੀ ਕਿਸੇ ਨੂੰ ਨਹੀਂ ਪਤਾ ਇਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੜੀ ਵੱਡੀ ਕਿਰਪਾ ਹੈ ਬੜੀ ਵੱਡੀ ਕਿਰਪਾ ਹੈ ਸਾਨੂੰ ਨਹੀਂ ਪਤਾ ਜੇ ਕਿਤੇ ਪਤਾ ਹੋਵੇ ਪਤਾ ਹੋਵੇ ਕਿ ਮੇਰੀ ਪ੍ਰਭ ਅਗਿਆ ਦਾਸ
ਇੱਕ ਓਲਕਾਰ ਸਿਵਹੀ ਸਿਵਹੀ ਸ੍ਰੀ ਭਰਤੀ ਸਹਾਇਨਾ ਸ੍ਰੀ ਭਰਤੀ ਕੀ ਪਾਤ ਸਾਹਿਬਾ ਸਹੀ ਪ੍ਰਥਮ ਭਰਤੀ ਸਿਵਰ ਕੈ ਗੁਰੂ ਨਾਨਕ ਦੇਵ ਜੀ ਆਏ ਰੁਪਿਆ ਦਾਤਾ ਦਾ ਸਾਹਮਣੇ ਸਹਾਈ ਅੱਜ ਹਰਗੋਬਿੰਦ ਨੂੰ ਸੁਣੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਜੀ ਕੇ ਆਈ ਹੈ ਜਿੱਥੇ ਸਭ ਕੁਛ ਜਾਏ ਛੇ ਜੋ ਸਭ ਦਾ ਕਰ ਸੇਵ ਜਗੇ ਜੋ ਸਰਦਾ ਕਰ ਸੇਵ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੂੰ ਜੁੜਿਆ ਸਿੱਖਾਂ ਨੂੰ ਮਿਲਿਆ ਉਹਨਾਂ ਦੇ ਕੋਲੇ ਕਰਿਆ ਕੀ ਤੁਰਿਆ ਬੰਦਾ ਉਹਨਾਂ ਨੂੰ ਕਹਿ ਗਿਆ ਅੱਜ ਵੀ ਇਹ ਪੰਜਾਂ ਬੰਦੇ ਉਹਨਾਂ ਦੇ ਕੋਲੋਂ ਵੀ ਨਾ ਨਿਕਲ ਗਈ ਰਣਜੀਤ ਸਿੰਘ ਮਗਰ ਸਿੰਘ ਰਣਜੀਤ ਸਿੰਘ ਪੁਲਿਸ ਸਾਡਾ ਦਾਦਾ ਨੂੰ ਸਾਨੂੰ ਸੰਸਾਰ ਦੇ ਵਿੱਚ ਵਹਿਰ ਨੂੰ ਜਨਮ ਦੇਣਾ ਚਾਹੁੰਦਾ ਤਾਂ ਕਿੰਨੀ